ਤੁਸੀਂ ਦੇਖੋ ਕਿਸੇ ਦੀ ਹਿੰਮਤ ਹੈ ਕਿ ਆਪਣੇ ਗੁਰੂ ਘਰਾਂ ਤੇ ਫਾਇਰਿੰਗ ਕਰਦੇ ਕਿਉਂਕਿ ਆਪਾਂ ਤਾਕਤ ਹੀ ਹੈ ਜੇ ਬੰਦੇ ਨੂੰ ਦੇ ਦਿੱਤੀ। ਧਾਮੀ ਸਾਹਿਬ ਨੇ ਹੁਣੇ ਜ਼ਿਕਰ ਕੀਤਾ ਸੁਲਤਾਨਪੁਰ ਲੋਧੀ ਗੁਰੂ ਘਰ ਦਾ, ਜਿੱਥੇ ਪੁਲਿਸ ਨੇ ਜੁੱਤੇ ਪਾ ਕੇ ਅੰਦਰ ਗੋਲੀਆਂ ਚਲਾ ਕੇ ਐਡੀ ਵੱਡੀ ਗੱਲ ਕੀਤੀ, ਕੋਈ ਬੋਲਿਆ? ਜਿਹੜੇ ਮੰਡ ਵਰਗੇ, ਦਾਦੂ ਵਾਲ ਵਰਗੇ, ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਹੈ, ਆ ਜਸਵੀਰ ਰੋਡੇ ਵਰਗੇ, ਮੈਂ ਇਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇ ਨਾਂ ਲਈਏ ਤੇ ਮਤਲਬ ਦਾ ਬੁਖਾਰ ਚੜ ਜਾਂਦਾ ਹੈ। ਇਹ ਜੇ ਲੋਕ ਨਹੀਂ ਨਹੀਂ ਕਰਦਾ ਮੇਰਾ ਨਾਂ ਲੈਣ ਦੇ, ਪਰ ਆਪਾਂ ਗੱਲਾਂ ਉਹਨਾਂ ਦੇ ਬਿਆਨ ਉਹ ਕਹਿੰਦੇ ਬੇਅਦਬੀ ਕੀਤੀ ਆਪਾਂ ਮੰਨ ਲੈਂਦੇ ਹਾਂ, ਤੇ ਖੂਨ ਕਿਉਂ ਨਹੀਂ ਬੋਲੇ, ਕਿਉਂ ਨਹੀਂ ਬੋਲਦੇ ਭਗਵੰਤ ਮਾਨ ਦੇ ਖਿਲਾਫ, ਕਿਉਂ ਨਹੀਂ ਵਿਆਜ ਚੱਕਦੇ ਜੇ ਉੱਥੇ ਧਰਨਾ ਦੇ ਰਿਹਾ, ਜੋ ਲੜਾਈ ਲੜ ਰਿਹਾ, ਅਕਾਲੀ ਦਲ ਲੜ ਰਿਹਾ।